ਸਬਸਕ੍ਰਾਈਬ ਬਟਨ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਹਰ ਸਰਕਾਰੀ ਨੌਕਰੀ ਦੀ ਪਲ-ਪਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਸਸਤੀ ਕਾਲ ਦੋਸਤੋ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਇੱਕ ਹੋਰ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ ਹਾਜ਼ਰ ਹੋਇਆ ਵੀਡੀਓ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੇਕਰ ਦੋਸਤੋ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਸਰਕਾਰੀ ਨੌਕਰੀ ਦੀ ਪਲ-ਪਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਜੋ ਅੱਜ ਦਾ ਨੋਟੀਫਿਕੇਸ਼ਨ ਆਇਆ ਆਫਿਸ ਆਫ ਦੀ ਡਿਸਟ੍ਰਿਕਟ ਸੈਸ਼ਨ ਜੱਜ ਬਰਨਾਲਾ ਵੱਲੋਂ ਨੋਟੀਫਿਕੇਸ਼ਨ ਹੈ ਦੋਸਤੋ ਕੌਣ ਅਪਲਾਈ ਕਰ ਸਕਦਾ ਅਪਲਾਈ ਕਿਵੇਂ ਕਰਨਾ ਏਜ ਕੀ ਚਾਹੀਦੀ ਹੈ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਪੂਰੀ ਜਾਣਕਾਰੀ ਡਿਟੇਲ ਚ ਦੱਸਾਂਗਾ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਵੈਕੈਂਸੀ ਨੰਬਰ 1 ਜੀ ਪ੍ਰੋਸੈਸ ਸਰਵਰ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਹੈਂਡੀਕੈਪਟ ਲਈ ਹੈ ਜੀ ਇਹ ਫਿਕਸ ਸੈਲਰੀ ਥੋੜੀ ਰਹੇਗੀ 4900 ਪਲੱਸ 10680 ਪਲੱਸ 1650 ਗ੍ਰੇਡ ਟੋਟਲ ਤੁਹਾਡੀ ਸੈਲਰੀ ਬਣੇਗੀ 17230 ਰੁਪਏ ਪਰ ਮਹੀਨਾ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਜੀ 10ਵੀਂ ਪਾਸ ਤੁਸੀਂ ਕੀਤੀ ਹੈ ਤਾਂ ਤੁਹਾਨੂੰ ਪੰਜਾਬੀ ਵਿੱਚ ਨੌਲੇਜ ਆ ਤੁਸੀਂ ਇਹ ਜੋਬ ਲਈ ਅਪਲਾਈ ਕਰ ਸਕਦੇ ਹੋ ਜੀ ਔਰ ਏਜ ਤੁਹਾਡੀ ਹੋਣੀ ਚਾਹੀਦੀ ਹੈ 18 ਤੋਂ 37 ਸਾਲ ਦੇ ਵਿੱਚ ਪੋਸਟ ਨੰਬਰ 2 ਜੀ ਪਿਓਨ ਦੀ ਪੋਸਟ ਹੈ ਜੀ 12 ਪੋਸਟਾਂ ਨੇ ਜੀ ਜਨਰਲੀ 3 ਨੇ ਜੀ ਈਐਸਐਮ ਲਈ 3 ਨੇ ਜੀ ਐਸਸੀ ਲਈ 3 ਨੇ ਐਸਸੀ ਈਐਸਐਮ ਲਈ ਇੱਕ ਪੋਸਟ ਹੈ ਜੀ ਬੀਸੀ ਈਐਸਐਮ ਲਈ ਇੱਕ ਪੋਸਟ ਹੈ სპੋਰਟਸਮੈਨ ਲਈ ਇੱਕ ਪੋਸਟ ਹੈ ਟੋਟਲ 12 ਪੋਸਟਾਂ ਨੇ ਜੀ ਸੈਲਰੀ ਰਹੇਗੀ 16880 ਰੁਪਏ ਪਰ ਮਹੀਨਾ ਮੀਡਲ ਕਲਾਸ ਪਾਸ ਤੁਸੀਂ ਕੀਤੀ ਔਰ ਤੁਹਾਨੂੰ ਪੰਜਾਬੀ ਵਿੱਚ ਨੌਲੇਜ ਹੈ ਤਾਂ ਤੁਸੀਂ ਇਹ ਜੋਬ ਲਈ ਅਪਲਾਈ ਕਰ ਸਕਦੇ ਹੋ ਏਜ ਹੋਣੀ ਚਾਹੀਦੀ ਹੈ 18 ਤੋਂ 37 ਸਾਲ ਦੇ ਵਿੱਚ ਪੋਸਟ ਨੰਬਰ 3 ਜੀ ਸਪੀਕਰ ਦੀ ਪੋਸਟ ਹੈ ਜੀ ਜਰਨਲਿਸਟ ਦੀ ਇੱਕ ਪੋਸਟ ਹੈ ਜੀ ਸੈਲਰੀ ਰਹੇਗੀ 16880 ਰੁਪਏ ਪਰ ਮਹੀਨਾ ਮੀਡਲ ਕਲਾਸ ਇਹਨਾਂ ਨੇ ਪਾਸ ਕੀਤੀ ਔਰ ਪੰਜਾਬੀ ਵਿੱਚ ਨੌਲੇਜ ਹੈ ਤਾਂ ਇਹ ਜੋਬ ਲਈ ਅਪਲਾਈ ਕਰ ਸਕਦੇ ਨੇ ਏਜ ਹੈ ਹੀ 18 ਤੋਂ 37 ਸਾਲ ਦੇ ਵਿੱਚ ਵਿੱਚ ਹੈ ਤਾਂ ਇਹ ਜੋਬ ਲਈ ਅਪਲਾਈ ਕਰ ਸਕਦੇ ਨੇ ਦੋਸਤੋ ਇਸ ਜੋਬ ਲਈ ਅਪਲਾਈ ਕਿਵੇਂ ਕਰਨਾ ਹੈ ਪਲੇਨ ਪੇਪਰ ਉੱਪਰ ਤੁਸੀਂ ਆਪਣਾ ਪੂਰਾ ਅਡਰੈਸ ਲਿਖ ਲੈਣਾ ਜੀ ਦੋ ਤਾਜ਼ੀਆਂ ਪਾਸਪੋਰਟ ਅਟੈਸਟਡ ਫੋਟੋਆਂ ਲਾਉਣੀਆਂ ਨੇ ਨਾਲ ਕੰਪਲੀਟ ਬਾਇਓ ਡਾਟਾ ਜੀ ਅਟੈਸਟਡ ਕਾਪੀਆਂ ਜੀ ਟੈਸਟਮੋਨੀਅਲਸ 7 2 2019 5 ਵਜੇ ਤੋਂ ਪਹਿਲਾਂ ਤੁਸੀਂ ਭੇਜ ਦੇਣੀਆਂ ਨੇ ਇਹ ਅਡਰੈਸ ਹੈ ਜੀ ਇਸ ਅਡਰੈਸ ਉੱਪਰ ਤੁਸੀਂ ਭੇਜ ਦੇਣੀਆਂ ਨੇ ਦੋਸਤੋ ਇੰਟਰਵਿਊ ਵਗੈਰਾ ਵਿੱਚ ਜਾਣ ਲਈ ਤੁਹਾਨੂੰ ਕੋਈ ਟੀਏਡੀਏ ਨਹੀਂ ਦਿੱਤਾ ਜਾਏਗਾ ਇਹਨਾਂ ਦੀ ਆਫਸਲੀ ਵੈਬਸਾਈਟ ਇਹਦੇ ਉੱਪਰ ਜਾ ਕੇ ਤੁਸੀਂ ਪੂਰੀ ਡਿਟੇਲ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਜੀ ਨਹੀਂ ਤਾਂ ਮੈਂ ਇਹਦਾ ਲਿੰਕ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਿਆਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਰੀਡਿੰ ਮੇਰਾ ਵੀਡੀਓ ਤੁਹਾਨੂੰ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਇੱਕ ਨਵੀਂ ਭਾਰਤੀ ਦੇ ਨੋਟੀਫਿਕੇਸ਼ਨ ਦੇ ਨਾਲ